ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਜਪੋ ਵਾਹਿਗੁਰੂ 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 ਜੀ ਸਤਨਾਮ 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 ਜੀ ਕਿਆ ਵਾਹਿਗੁਰੂ ਜੀ ਪਕੌੜੇ ਵਾਹਿਗੁਰੂ ਜੀ ਕਿਆ ਵਾਹਿਗੁਰੂ ਜੀ ਪਕੌੜੇ ਵਾਹਿਗੁਰੂ ਜੀ ਅਤੇ ਵਜ਼ੀਰ ਖਾਨ ਪਕੌੜੇ ਵਾਹਿਗੁਰੂ ਜੀ ਪਕੌੜੇ ਵਾਹਿਗੁਰੂ ਜੀ ਪਕੌੜੇ ਵਾਹਿਗੁਰੂ ਜੀ ਸਤਨਾਮ ਸਤਨਾਮ ਸਤਿਗੁਰੂ ਲੋਕਾਂ ਵਾਲੇ ਪਾਤਸ਼ਾਹ ਵੇਖ ਰਹੇ ਹਨ ਭਾਈ ਜੀਵਨ ਸਿੰਘ ਨੂੰ ਆਵਾਜ਼ ਦਿੱਤੀ ਸੀ ਭਾਈ ਜੀਵਨ ਸਿੰਘ ਦਰਵਾਜ਼ਾ ਕਿਉਂ ਨਹੀਂ ਖੋਲਦਾ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਇੱਕ ਗੱਲ ਕਰਨੀ ਤੁਹਾਡੇ ਨਾਲ ਕਹਿੰਦੇ ਕਰ ਲਓ ਸਤਿਗੁਰੂ ਕਲਗੀਆਂ ਵਾਲੇ ਨੂੰ ਮੱਥਾ ਟੇਕ ਕੇ ਬਾਬਾ ਜੀਵਨ ਸਿੰਘ ਕਹਿਣ ਲੱਗਾ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਦਾ ਪਤਾ ਨਹੀਂ ਤੁਹਾਡੇ ਮਹਿਲਾਂ ਦਾ ਪਤਾ ਨਹੀਂ ਕਿੱਥੇ ਹਨ ਸੋ ਸਤਿਗੁਰੂ ਕਲਗੀ ਵਾਲੇ ਪਾਤਸ਼ਾਹ ਵੱਡਾ ਸਭ ਜ਼ਿਆਦਾ ਅਜੀਤ ਸਿੰਘ ਸ਼ਹੀਦੀ ਪਾ ਗਿਆ ਹੈ ਤੇ ਇੱਕੋ ਇੱਕ ਨਿਸ਼ਾਨੀ ਤੁਹਾਡੇ ਕੋਲ ਰਹਿ ਗਈ ਬਾਬਾ ਜੀ ਦਾ ਸਿੰਘ ਸੋ ਕਿਰਪਾ ਕਰੋ ਇਸ ਨੂੰ ਰੱਖ ਲਓ ਇਹਦੀ ਥਾਂ ਤੇ ਮੈਂ ਚਲਿਆ ਕਰਨਾ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ ਜੀਵਨ ਸਿੰਘਾ ਨਾ ਲੋਕ ਇਤਿਹਾਸ ਦਾ ਰੁੱਖ ਬਦਲ ਜਾਵੇਗਾ ਲੋਕ ਕਹਿਣਗੇ ਆਉਣ ਵਾਲੇ ਇਤਿਹਾਸ ਕਵੇਗਾ ਦੁਨੀਆਂ ਦੇ ਲੋਕ ਕਹਿਣਗੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣਾ ਪੁੱਤਰ ਬਚਾ ਲਿਆ ਤੇ ਸਿੰਘਾਂ ਨੂੰ ਭੇਜ ਦਿੱਤਾ ਇਸ ਕਰਕੇ ਬਾਬਾ ਅਜੀਤ ਸਿੰਘ ਬਾਬਾ ਜੀਵਨ ਸਿੰਘ ਤੈਨੂੰ ਗੁਰੂ ਤੇਰੇ ਦਾ ਹੁਕਮ ਹੈ ਦਰਵਾਜ਼ਾ ਖੋਲ ਦਿੱਤਾ ਜਾਵੇ ਚੁੱਪ ਕਰਕੇ ਅੱਖਾਂ ਦੇ ਵਿੱਚ ਬਾਬਾ ਜੀਵਨ ਸਿੰਘ ਨੇ ਜਾ ਕੇ ਅਜੀਤ ਸਿੰਘ ਦੇ ਛੋਟੇ ਵੀਰ ਬਾਬਾ ਜਗਜੀਤ ਸਿੰਘ ਨੂੰ ਜੱਫੀ ਵਿੱਚ ਲੈ ਕਰਕੇ ਪਿਆਰ ਦਿੱਤਾ ਸਿਰ ਦੇ ਉੱਤੇ ਸਤਿਗੁਰੂ ਕਲਗੀਆਂ ਵਾਲੇ ਦੇ ਹੁਕਮ ਦੇ ਨਾਲ ਦਰਵਾਜ਼ਾ ਖੋਲ ਦਿੱਤਾ ਬਾਬਾ ਜਗਜੀਤ ਸਿੰਘ ਰਣ ਮੈਦਾਨ ਨੂੰ ਘੋੜੇ ਤੇ ਚੜ੍ਹ ਕੇ ਸਵਾਰ ਹੋ ਕੇ ਤੁਰਿਆ ਸਤਿ ਸ਼੍ਰੀ ਅਕਾਲ
ਜੀ ਤੁਸੀਂ ਮੈਂ ਤੁਹਾਨੂੰ ਲਈ ਜਾਣਾ ਸਫਲ ਜਿਹਾ ਹੋਏ ਉਸ ਨੂੰ ਬਾਹਰ ਕੰਮ ਦਾ ਮਾਲ ਬੰਦੇ ਕਰਨਾ ਆਓ ਇੱਕ ਕੀ ਹੋ ਗਿਆ ਸਰ ਔਰ